ਗਣੇਸ਼ ਵਿਸਰਜਨ ਚ ਗਿਆ ਸੀ ਪਰਿਵਾਰ ਤਾਂ ਪਿੱਛੋਂ ਚੋਰਾਂ ਨੇ ਕੀਤਾ ਪੂਰੇ ਘਰ ਨੂੰ ਸਾਫ। ਜੀ ਹਾਂ, ਦੱਸ ਦਈਏ ਕਿ ਪਹਿਲਾਂ ਕੀਤੀ ਰੇਕੀ ਤੇ ਫਿਰ ਜਿਵੇਂ ਹੀ ਪਰਿਵਾਰ ਗਣੇਸ਼ ਵਿਸਰਜਨ ਦੇ ਲਈ ਘਰ ਤੋਂ ਰਵਾਨਾ ਹੋਇਆ ਤਾਂ ਪਿੱਛੋਂ ਪੌੜੀ ਲਾ ਕੇ ਚੋਰ ਅੰਦਰ ਦਾਖਲ ਹੁੰਦਾ ਹੈ। ਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਛਾਤਰ ਚੋਰ ਨੂੰ ਸ਼ੱਕ ਸੀ ਕਿ ਕੋਈ ਘਰ ਦੇ ਅੰਦਰ ਹੋਰ ਆ ਨਾ ਜਾਵੇ, ਤਾਂ ਉਸਨੇ ਸਭ ਤੋਂ ਪਹਿਲਾਂ ਅੰਦਰ ਵੜ ਕੇ ਮੇਨ ਦਰਵਾਜ਼ੇ ਦੇ ਅੰਦਰੋਂ ਕੁੰਡੀ ਲਾ ਦਿੱਤੀ ਕਿ ਬਾਹਰੋਂ ਜੇਕਰ ਕੋਈ ਆਉਂਦਾ ਹੈ ਤਾਂ ਉਹ ਦਰਵਾਜ਼ਾ ਜਲਦੀ ਜਲਦੀ ਖੁੱਲ੍ਹੇ ਹੀ ਨਾ। ਜਾਂ ਦੱਸ ਦਈਏ ਕਿ ਉਸ ਤੋਂ ਬਾਅਦ ਦੇ ਵਿੱਚ ਉਸਨੇ ਘਰ 'ਚ ਪਈ 60,000 ਰੁਪਏ ਦੀ ਨਕਦੀ ਅਤੇ ਸੋਨੇ ਦੇ ਟੋਪਸ ਦੇ ਨਾਲ ਹੀ ਕੁਝ ਚਾਂਦੀ ਦੇ ਗਹਿਣੇ ਪਏ ਸੀ ਉਸ ਦੇ ਉੱਤੇ ਹੱਥ ਸਾਫ਼ ਕੀਤਾ। ਤੇ ਦੱਸਿਆ ਜਾ ਰਿਹਾ ਕਿ ਬੱਚਿਆਂ ਨੇ ਆਪਣੇ ਪੈਸੇ ਜੋੜਨ ਦੇ ਲਈ ਇੱਕ ਛੋਟਾ ਜਿਹਾ ਗੋਲਕ ਵੀ ਲਗਾਇਆ ਹੋਇਆ ਸੀ, ਉਸ ਗੋਲਕ ਨੂੰ ਵੀ ਸਾਫ਼ ਕਰ ਦਿੱਤਾ ਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਘਟਨਾ CCTV 'ਚ ਵੀ ਕੈਦ ਹੋਈ ਹੈ, ਚੋਰ ਸਾਫ਼ CCTV 'ਚ ਕੈਦ ਹੋਇਆ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਗਲੀ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ। ਜੀ ਹਾਂ, ਦੱਸ ਦਈਏ ਕਿ ਉਹੀ ਸ਼ਖਸ ਹੈ ਜਿਸ ਦੇ ਵੱਲੋਂ ਇਸ ਘਰ 'ਚ ਚੋਰੀ ਕੀਤੀ ਗਈ ਹੈ। ਉੱਥੇ ਜਦੋਂ ਪਰਿਵਾਰਕ ਮੈਂਬਰ ਘਰ ਦੇ ਵਿੱਚ ਵਾਪਸੀ ਕਰਦੇ ਨੇ ਸ਼ਾਮ ਦੇ ਸਮੇਂ, ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪਹਿਲਾਂ ਉਹ ਆਪਣਾ ਤਾਲਾ ਖੋਲ੍ਹਦੇ ਨੇ ਘਰ ਦਾ ਅਤੇ ਫਿਰ ਦਰਵਾਜ਼ਾ ਜਦੋਂ ਖੋਲ੍ਹਣ ਲੱਗਦੇ ਨੇ ਤਾਂ ਉਹ ਨਹੀਂ ਖੁੱਲ੍ਹਦਾ, ਅਤੇ ਫਿਰ ਜਦੋਂ ਬਾਅਦ ਦੇ ਵਿੱਚ ਜਾ ਕੇ ਉਸ ਦਰਵਾਜ਼ੇ ਨੂੰ ਤੋੜਿਆ ਜਾਂਦਾ ਹੈ ਤਾਂ ਅੰਦਰ ਦੇ ਹਾਲਾਤ ਦੇਖ ਕੇ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ। ਸਾਰਾ ਸਮਾਨ ਜ਼ਮੀਨ ਦੇ ਉੱਤੇ ਖਿਲਰਿਆ ਹੋਇਆ ਹੁੰਦਾ ਅਤੇ ਜੋ ਗਹਿਣੇ ਅਤੇ ਨਕਦੀ ਪਈ ਹੁੰਦੀ ਆ ਉਹ ਮੌਕੇ 'ਤੇ ਨਹੀਂ ਮਿਲਦੀ। ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ, ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਰਾਜਪੁਰਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕਿਰਾਏ ਦੇ ਮਕਾਨ 'ਤੇ ਰਹਿ ਰਹੇ ਕਿਰਾਏਦਾਰਾਂ ਦੇ ਚੋਰੀ ਹੋਈ ਹੈ। ਪਰਿਵਾਰ ਦਾ ਕਹਿਣਾ ਕਿ ਉਹ ਬੇਹੱਦ ਹੀ ਗਰੀਬ ਘਰ ਤੋਂ ਨੇ ਅਤੇ ਉਹ ਖੁਦ ਹੀ ਕਿਰਾਏ ਦੇ ਉੱਤੇ ਰਹਿ ਰਹੇ ਨੇ ਅਤੇ ਹੁਣ ਇਸ ਮਹੀਨੇ ਦਾ ਕਿਰਾਇਆ ਵੀ ਉਹਨਾਂ ਨੇ ਹਾਲੇ ਨਹੀਂ ਦਿੱਤਾ ਅਤੇ ਇੰਨੇ ਦੇ ਵਿੱਚ ਚੋਰ ਦੇ ਵੱਲੋਂ ਸਾਰੇ ਘਰ 'ਚ ਪਿਆ ਸਮਾਨ ਚੋਰੀ ਕਰ ਲਿਆ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਅੱਜ ਨਾ ਗਣੇਸ਼ ਵਿਸਰਜਨ ਸੀਗਾ, 3:30 ਵਜੇ ਉੱਥੋਂ ਗਏ ਹੈਗੇ, 5 ਵਜੇ ਅਸੀਂ ਵਾਪਸ ਮੁੜੇ ਆਏ ਹੈਗੇ। ਆਉਂਦਿਆਂ ਨੂੰ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ। ਚੋਰੀ ਹੋ ਗਿਆ ਜੀ? ਚੋਰੀ 50-60,000 ਰੁਪਈਆ ਸੀਗਾ ਤੇ ਕੁਛ ਸੋਨੇ ਦੇ ਟੋਪਸ ਵਗੈਰਾ ਸੀਗੇ। ਉਸਨੂੰ ਕੰਪਲੇਂਟ ਕਰਤੀ ਜੀ? ਹਾਂਜੀ, ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਹੈ ਜੀ। ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ? ਅਸੀਂ ਇਹੀ ਚਾਹੁੰਦੇ ਵੀ ਅਸੀਂ ਗਰੀਬ ਆਦਮੀ, ਅਸੀਂ ਤਾਂ ਕਿਰਾਏ ਤੇ ਬੈਠੇ ਹਾਂਗੇ, ਅਸੀਂ ਤਾਂ ਗਰੰਟੀ ਵੀ ਨਹੀਂ ਦਿੱਤਾ ਸੀ, ਕੁਛ ਨਹੀਂ ਕੀਤਾ। ਜਿਹੜਾ ਕੁਛ ਬੱਚਿਆਂ ਦੇ ਵਿਚਾਰਿਆਂ ਦੇ ਪੈਸੇ ਪੂਸੇ ਜਿਵੇਂ ਇਕੱਠੇ ਕਰਦੇ ਹੈਗੇ, ਕੁੰਡਾ ਆਪਣੇ ਨਾਨੀ ਦਾਦੀ ਦੇ ਦਿੰਦੇ, ਉਹ ਬੱਚਿਆਂ ਦੇ ਪਰਸ ਅਲੱਗ ਅਲੱਗ ਸੀ ਸਾਰਿਆਂ ਵਿੱਚ, ਮਤਲਬ ਘਰ ਹੀ ਖਾਲੀ ਕਰ ਗਏ ਹੈਗੇ ਸਾਡਾ। ਉਹ ਮੈਂ ਕਹਿੰਦੀ ਉਹਨੂੰ ਫੜਿਆ ਜਾਵੇ ਉਹ ਕਿਸੇ ਤਰੀਕੇ। ਉਹ ਗਣੇਸ਼ ਵਿਸਰਜਨ 'ਚ ਗਿਆ ਸੀ ਪਰਿਵਾਰ ਤਾਂ ਪਿੱਛੋਂ ਚੋਰਾਂ ਨੇ ਕੀਤਾ ਪੂਰੇ ਘਰ ਨੂੰ ਸਾਫ਼। ਜੀ ਹਾਂ, ਦੱਸ ਦਈਏ ਕਿ ਪਹਿਲਾਂ ਕੀਤੀ ਰੇਕੀ ਤੇ ਫਿਰ ਜਿਵੇਂ ਹੀ ਪਰਿਵਾਰ ਗਣੇਸ਼ ਵਿਸਰਜਨ ਦੇ ਲਈ ਘਰ ਤੋਂ ਰਵਾਨਾ ਹੋਇਆ ਤਾਂ ਪਿੱਛੋਂ ਪੌੜੀ ਲਾ ਕੇ ਚੋਰ ਅੰਦਰ ਦਾਖਲ ਹੁੰਦਾ ਹੈ। ਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਛਾਤਰ ਚੋਰ ਨੂੰ ਸ਼ੱਕ ਸੀ ਕਿ ਕੋਈ ਘਰ ਦੇ ਅੰਦਰ ਹੋਰ ਆ ਨਾ ਜਾਵੇ, ਤਾਂ ਉਸਨੇ ਸਭ ਤੋਂ ਪਹਿਲਾਂ ਅੰਦਰ ਵੜ ਕੇ ਮੇਨ ਦਰਵਾਜ਼ੇ ਦੇ ਅੰਦਰੋਂ ਕੁੰਡੀ ਲਾ ਦਿੱਤੀ ਕਿ ਬਾਹਰੋਂ ਜੇਕਰ ਕੋਈ ਆਉਂਦਾ ਹੈ ਤਾਂ ਉਹ ਦਰਵਾਜ਼ਾ ਜਲਦੀ ਜਲਦੀ ਖੁੱਲ੍ਹੇ ਹੀ ਨਾ। ਜਾਂ ਦੱਸ ਦਈਏ ਕਿ ਉਸ ਤੋਂ ਬਾਅਦ ਦੇ ਵਿੱਚ ਉਸਨੇ ਘਰ 'ਚ ਪਈ 60,000 ਰੁਪਏ ਦੀ ਨਕਦੀ ਅਤੇ ਸੋਨੇ ਦੇ ਟੋਪਸ ਦੇ ਨਾਲ ਹੀ ਕੁਝ ਚਾਂਦੀ ਦੇ ਗਹਿਣੇ ਪਏ ਸੀ ਉਸ ਦੇ ਉੱਤੇ ਹੱਥ ਸਾਫ਼ ਕੀਤਾ। ਤੇ ਦੱਸਿਆ ਜਾ ਰਿਹਾ ਕਿ ਬੱਚਿਆਂ ਨੇ ਆਪਣੇ ਪੈਸੇ ਜੋੜਨ ਦੇ ਲਈ ਇੱਕ ਛੋਟਾ ਜਿਹਾ ਗੋਲਕ ਵੀ ਲਗਾਇਆ ਹੋਇਆ ਸੀ, ਉਸ ਗੋਲਕ ਨੂੰ ਵੀ ਸਾਫ਼ ਕਰ ਦਿੱਤਾ ਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਘਟਨਾ CCTV 'ਚ ਵੀ ਕੈਦ ਹੋਈ ਹੈ, ਚੋਰ ਸਾਫ਼ CCTV 'ਚ ਕੈਦ ਹੋਇਆ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਗਲੀ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ। ਜੀ ਹਾਂ, ਦੱਸ ਦਈਏ ਕਿ ਉਹੀ ਸ਼ਖਸ ਹੈ ਜਿਸ ਦੇ ਵੱਲੋਂ ਇਸ ਘਰ 'ਚ ਚੋਰੀ ਕੀਤੀ ਗਈ ਹੈ। ਉੱਥੇ ਜਦੋਂ ਪਰਿਵਾਰਕ ਮੈਂਬਰ ਘਰ ਦੇ ਵਿੱਚ ਵਾਪਸੀ ਕਰਦੇ ਨੇ ਸ਼ਾਮ ਦੇ ਸਮੇਂ, ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪਹਿਲਾਂ ਉਹ ਆਪਣਾ
ਤਾਲਾ ਖੋਲਦੇ ਨੇ ਘਰ ਦਾ ਤੇ ਫਿਰ ਦਰਵਾਜ਼ਾ ਜਦੋਂ ਖੋਲਣ ਲੱਗਦੇ ਨੇ ਤੇ ਉਹ ਨਹੀਂ ਖੁੱਲਦਾ ਤੇ ਫਿਰ ਜਦੋਂ ਬਾਅਦ ਦੇ ਵਿੱਚ ਜਾ ਕੇ ਉਸ ਦਰਵਾਜ਼ੇ ਨੂੰ ਤੋੜਿਆ ਜਾਂਦਾ ਤਾਂ ਅੰਦਰ ਦੇ ਹਾਲਾਤ ਦੇਖ ਕੇ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ। ਸਾਰਾ ਸਮਾਨ ਜ਼ਮੀਨ ਦੇ ਉੱਤੇ ਖਿਲਰਿਆ ਹੋਇਆ ਹੁੰਦਾ ਤੇ ਜੋ ਗਹਿਣੇ ਅਤੇ ਨਕਦੀ ਪਈ ਹੁੰਦੀ ਆ ਉਹ ਮੌਕੇ ਤੇ ਨਹੀਂ ਮਿਲਦੀ। ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਰਾਜਪੁਰਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕਿਰਾਏ ਦੇ ਮਕਾਨ ਤੇ ਰਹਿ ਰਹੇ ਕਿਰਾਏਦਾਰਾਂ ਦੇ ਚੋਰੀ ਹੋਈ ਹੈ। ਪਰਿਵਾਰ ਦਾ ਕਹਿਣਾ ਕਿ ਉਹ ਬੇਹੱਦ ਹੀ ਗਰੀਬ ਘਰ ਤੋਂ ਨੇ ਤੇ ਉਹ ਖੁਦ ਹੀ ਕਿਰਾਏ ਦੇ ਉੱਤੇ ਰਹਿ ਰਹੇ ਨੇ ਤੇ ਹੁਣ ਇਸ ਮਹੀਨੇ ਦਾ ਕਿਰਾਇਆ ਵੀ ਉਹਨਾਂ ਨੇ ਹਾਲੇ ਨਹੀਂ ਦਿੱਤਾ ਤੇ ਇੰਨੇ ਦੇ ਵਿੱਚ ਚੋਰ ਦੇ ਵੱਲੋਂ ਸਾਰੇ ਘਰ 'ਚ ਪਿਆ ਸਮਾਨ ਚੋਰੀ ਕਰ ਲਿਆ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਅੱਜ ਨਾ ਗਣੇਸ਼ ਵਿਸਰਜਨ ਸੀਗਾ, 3:30 ਵਜੇ ਇੱਥੋਂ ਗਏ ਹੈਗੇ, 5 ਵਜੇ ਅਸੀਂ ਵਾਪਸ ਮੁੜੇ ਆਏ ਹੈਗੇ। ਆਉਂਦਿਆਂ ਨੂੰ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ। ਚੋਰੀ ਹੋ ਗਿਆ ਜੀ? ਚੋਰੀ 50-60 ਹਜ਼ਾਰ ਰੁਪਈਆ ਸੀਗਾ ਤੇ ਕੁਛ ਸੋਨੇ ਦੇ ਟੌਪਸ ਵਗੈਰਾ ਸੀਗੇ। ਹਾਂਜੀ, ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਹੈ ਜੀ। ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ? ਅਸੀਂ ਇਹੀ ਚਾਹੁੰਦੇ ਹਾਂ ਵੀ ਅਸੀਂ ਗਰੀਬ ਆਦਮੀ, ਅਸੀਂ ਤਾਂ ਕਿਰਾਏ ਤੇ ਬੈਠੇ ਹਾਂਗੇ, ਅਸੀਂ ਤਾਂ ਗਰੰਟ ਵੀ ਨਹੀਂ ਦਿੱਤਾ ਸੀ, ਕੁਛ ਨੀ ਕੀਤਾ ਸੀ। ਜਿਹੜਾ ਕੁਛ ਬੱਚਿਆਂ ਦੇ ਵਿਚਾਰਿਆਂ ਦੇ ਪੈਸੇ ਪੂਸੇ ਜਿਵੇਂ ਇਕੱਠੇ ਕਰਦੇ ਹੈਗੇ, ਕੁੰਡਾ ਆਪਣੇ ਨਾਨੀ ਦਾਦੀ ਦੇ ਦਿੰਦੇ, ਉਹ ਬੱਚਿਆਂ ਦੇ ਪਰਸ ਅਲੱਗ ਅਲੱਗ ਸੀ ਸਾਰਿਆਂ ਵਿੱਚ, ਮਤਲਬ ਘਰ ਹੀ ਖਾਲੀ ਕਰ ਗਏ ਹੈਗੇ ਸਾਡਾ ਉਹ। ਮੈਂ ਕਹਿੰਦੀ ਉਹਨੂੰ ਫੜਿਆ ਜਾਵੇ ਉਹ ਕਿਸੇ ਤਰੀਕੇ। ਉਹ